ਉਹਨਾਂ ਨੇ ਕਿਹਾ ਵੀ ਮੈਂ ਸਿੱਖ ਸਜਣਾ ਹੈ ਅੰਮ੍ਰਿਤ ਛਕਣਾ ਹੈ ਗੁਰੂ ਵਾਲੇ ਬਣਨਾ ਹੈ ਉਹ ਆਪਣੇ ਪੂਰੇ ਪਰਿਵਾਰ ਸਮੇਤ ਅੰਮ੍ਰਿਤ ਛਕ ਕੇ ਸਿੰਘ ਸਜ ਜਾਂਦੇ ਨੇ ਉਹ ਮੌਲਵੀ ਕਰੀਮ ਬਖਸ਼ ਦਾ ਨਾਮ ਸੀ ਸੰਤ ਲਖਬੀਰ ਸਿੰਘ ਤੇ ਸੰਤ ਲਖਬੀਰ ਸਿੰਘ ਦਾ ਪੁੱਤਰ ਰੁਕਨਦੀਨ ਜੀ ਦਾ ਨਾਮ ਪਿਆ ਭਾਈ ਮਹਿਤਾਬ ਸਿੰਘ ਭਾਈ ਮਹਿਤਾਬ ਸਿੰਘ ਉਰਾਂ ਨੇ ਖਾਲਸਾ ਬਰਾਦਰੀ ਬਣਾਈ ਖਾਲਸਾ ਬ੍ਰਦਰਰੀ ਦੇ ਥਰੂ 12 ਅਕਤੂਬਰ ਵਾਲੇ ਦਿਨ ਸਚਖੰਡਿ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਜਿਹੜਾ ਉਹਨਾਂ ਨੇ ਇੱਕ ਜਥਾ ਤੋਰਿਆ ਖਾਲਸਾ ਬ੍ਰਦਰਰੀ ਬਣਾ ਕੇ ਤੇ ਮਹੰਤਾਂ ਨੂੰ ਕਿਹਾ ਕਿ ਦੇਗ ਸਾਡੀ ਦੇਗ ਚੜਾਓ ਤੇ ਉਹਨਾਂ ਨੇ ਮਨਾਂ ਕਰ ਦਿੱਤਾ ਕਿ ਅਸੀਂ ਦੇਗ ਨਹੀਂ ਚੜਾਉਂਦੇ ਫਿਰ ਇੱਕ ਫੈਸਲਾ ਲਿਆ ਕਿ ਜੇਕਰ ਹੁਣ ਅਸੀਂ ਗੁਰੂ ਸਾਹਿਬ ਜੀ ਤੋਂ ਪੁੱਛਾਂਗੇ ਜੇਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਵਾਕ ਸਾਡੇ ਹੱਕ ਦੇ ਵਿੱਚ ਆਂਦਾ ਤੇ ਤਿੱਤਾ ਅਸੀਂ ਦੇਖ ਕਰਾਵਾਂਗੇ ਜੇ ਵਾਕ ਤੁਹਾਡੇ ਹੱਕ ਦੇ ਵਿੱਚ ਆਂਦਾ ਤੇ ਤੁਸੀਂ ਸਾਫ਼ ਕਹਿ ਲਓ ਮਹੰਤ ਕਹਿੰਦੇ ਸੀ ਜੀ ਇਹ ਤੇ ਕਿਤਾਬ ਹੈ ਕਿੱਥੋਂ ਬੋਲਣਗੇ ਖੈਰ ਹੁਕਮ ਨਾ ਮੰਨ ਲੀਤਾ ਹੁਕਮ ਨਾਮੇ ਵਿੱਚ ਵਾਕ ਆਇਆ ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ ਸਤਗੁਰ ਕੀ ਸੇਵਾ ਲਾਏ ਤੇ ਹੁਣ ਉਹ ਜਿਹੜੀ ਆਈ ਵਾਕ ਆਇਆ ਕਿ ਨਿਗੁਣਿਆਂ ਨੂੰ ਸਤਗੁਰੂ ਜੀ ਬਖਸ਼ ਕੇ ਆਪਣੀ ਘਰ ਦੀ ਸੇਵਾ ਵੀ ਬਖਸ਼ਦੇ ਨੇ ਹਨਾ ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ ਸਤਗੁਰ ਕੀ ਸੇਵਾ ਲਾਏ ਹੁਣ ਇਹ ਜਦੋਂ ਵਾਕ ਆਇਆ ਸਾਰਿਆਂ ਦੇ ਅੱਖਾਂ ਦੇ ਵਿੱਚ ਅਥਰੂ ਸੀ ਸਾਰੇ ਆਪਣੇ ਗੁਰੂ ਤੋਂ ਇਹਦੀ ਗੱਲ ਕਰ ਰਹੇ ਸੀ ਕਿ ਸਾਡਾ ਗੁਰੂ ਬੋਲਦਾ ਅਸੀਕਾ ਨਾ ਨਾ ਸਾਡਾ ਗੁਰੂ ਗੱਲ ਨਹੀਂ ਕਰਦਾ ਸਾਡਾ ਗੁਰੂ ਗੱਲ ਵੀ ਕਰਦਾ ਹੁਕਮ ਵੀ ਦਿੰਦਾ ਉਸੇ ਵੇਲੇ ਮਹੰਤਾ ਨੇ ਜਿਹੜਾ ਕਬਜ਼ਾ ਸਚਕਣ ਸ਼੍ਰੀ ਦਰਬਾਰ ਸਾਹਿਬ ਤੋਂ ਛੱਡਿਆ ਅਤੇ ਉੱਤੇ ਦੇ ਜਿਹੜੇ ਪਹਿਲੇ ਜਥੇਦਾਰ ਸੀ ਅ ਅਕਾਲੀ ਤੇਜ ਸਿੰਘ ਪੁੱਚਰ ਜੀ ਉਹ ਲਗਾਇਆ ਅੱਜ ਭਾਈ ਮਹਿਤਾਬ ਸਿੰਘ ਜੀ ਦੀ ਤਸਵੀਰ ਵੀ ਨਹੀਂ ਹੈ ਅਜਾਇਬ ਕਰ ਦੇ ਵਿੱਚ ਜਿਨ੍ਹਾਂ ਨੇ ਕਿਉਂਕਿ ਜੇਕਰ ਮੈਂ ਗੱਲ ਕਰ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਪਿੱਠ ਭੂਮੀ ਜਾਂ ਫਿਰ ਉਹਦੀ ਪਹਿਲੀ ਨੀ ਭਾਈ ਮਹਿਤਾਬ ਸਿੰਘ ਨੇ ਇਸ ਗੱਲ ਬਾਰੇ ਪਾਈ ਪਿੰਦਰਪਾਲ ਸਿੰਘ ਜੀ ਵਰਗੇ ਮਹਾਨ ਪ੍ਰਚਾਰਕ ਵੀ ਦੀਵਾਨ ਸਾਹਿਬ ਮੰਜੀ ਹਾਲ ਵਿੱਚੋ ਇਸ ਗੱਲ ਬਾਰੇ ਇਤਿਹਾਸ ਬਾਰੇ ਜ਼ਿਕਰ ਕਰ ਚੁੱਕੇ ਨੇ ਲੇਕਿਨ ਅਜ ਤੱਕ ਉਹਨਾ ਉਹਨਾਂ ਵਰਗੇ ਇਤਿਹਾਸਕਾਰ ਜਿਕਰ ਮੈਂ ਗੱਲ ਕਰਾਂ ਕਿ ਇਤਿਹਾਸ ਦੇ ਏਡੇ ਵੱਡੇ ਪਾਤਰਾਂ ਦੀ ਤਸਵੀਰਾਂ ਨਹੀਂ ਐ ਤੇ ਸਾਨੂੰ ਵੇਖਣਾ ਚਾਹੀਦਾ ਕਿ ਸਾਡੇ ਕਿਸ ਪੱਖ ਕਰਕੇ ਅਸੀਂ ਇਤਿਹਾਸ ਦੇ ਪੱਖ ਤੋਂ ਕਮਜ਼ੋਰ ਹੁੰਦੇ ਜਾ ਰਹੇ ਹਾਂ ਬਹੁਤ ਵੱਡੇ ਵੱਡੇ ਹੁਣ ਜਿਵੇਂ ਤੁਸੀਂ ਭਾਈ ਬਚਿੱਤਰ ਸਿੰਘ ਜੀ ਦੀ ਗੱਲ ਕੀਤੀ ਆ ਹੋਰ ਵੀ ਜਿੰਨੇ ਵੀ ਇਹ ਸਾਨੂੰ ਪ੍ਰੋਪਰ ਵੇਖਣਾ ਚਾਹੀਦਾ ਕਿ ਸਿੱਖ ਜਾਇਬਕਰ ਦੇ ਵਿੱਚ ਕਿਹਨਾ ਕਿਹਨਾ ਦੀ ਤਸਵੀਰਾਂ ਹਨ ਜਾਂ ਕਿਹਨਾ ਦੀ ਨਹੀਂ ਹੈ ਤੇ ਅਸੀਂ ਉਹਨਾਂ ਨੂੰ ਇੰਸਟਾਲ ਕਰੀਏ ਕਿਉਂਕਿ ਬੜੇ ਸਾਰੇ ਹੋਣ ਹੈ ਖੈਰ ਪਰ ਦਾਦਾ ਜੀ ਦੀ ਵੀ ਤਸਵੀਰ ਵੀ ਹੁਣ ਆ ਇਹਨਾਂ ਨੇ ਪਿਛਲੇ ਸਾਲ ਹੀ ਲਗਾਈ ਹੈ ਸਿੱਖ ਕੌਮ ਦੀ ਮਹਾਨ ਰੂਹ ਸੰਤ ਸੈਦ ਪ੍ਰਿਥੀਪਾਲ ਸਿੰਘ ਜਿਨ੍ਹਾਂ ਦੇ ਵੰਸ਼ ਦੇ ਵਿੱਚੋਂ ਨੇ ਭਾਈ ਸਿਮਰ ਸਿੰਘ ਉਮਰ ਬਹੁਤ ਛੋਟੀ ਹੈ ਜਿਸ ਉਮਰ ਵਿੱਚ ਬੱਚੇ ਖੇਡਣਾ ਖੁੱਦਣਾ ਜਿਵੇਂ ਹੀ ਸਕੂਲ ਤੋਂ ਛੁੱਟੀ ਹੁੰਦੀ ਹੈ ਤਾਂ ਉਹ ਇੱਧਰ-ਉੱਧਰ ਆਪਣਾ ਸਮਾਂ ਜ਼ਿਆਦਾਤਰ ਲੰਘਾ ਦਿੰਦੇ ਨੇ ਉਹੀ ਉਮਰ ਦਾ ਇਹ ਪਿਆਰਾ ਜਿਹਾ ਇਤਿਹਾਸਕਾਰ ਸਿੱਖ ਕੌਮ ਦਾ ਸਿੱਖ ਕੌਮ ਦਾ ਹੀਰਾ ਕਹਿ ਸਕਦੇ ਆ ਜਿਨ੍ਹਾਂ ਨੂੰ ਹੁਣ ਤੱਕ 11 ਵਿਸ਼ਵ ਰਿਕਾਰਡ ਮਿਲ ਚੁੱਕੇ ਨੇ ਇਤਿਹਾਸ ਦੇ ਉੱਪਰ ਖੋਜ ਕਰਦੇ ਆ ਇਤਿਹਾਸ ਦੇ ਵੱਖ-ਵੱਖ ਪਹਿਲੋਂ ਦੇ ਉੱਪਰ ਕੰਮ ਕਰਦੇ ਆ ਤੇ ਅੱਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਇਹਨਾਂ ਦੀਆਂ ਕਿਤਾਬਾਂ ਹੁਣ ਤੱਕ ਆ ਵੀ ਚੁੱਕੀਆਂ ਨੇ ਤੇ ਆਉਣ ਵਾਲੀਆਂ ਨੇ ਜਿਹੜੀ ਮੇਰੇ ਹੱਥ ਦੇ ਵਿੱਚ ਤੁਸੀਂ ਇਹ ਕਿਰਪਾਨ ਵੇਖ ਰਹੇ ਹੋ ਇਹ ਭਾਈ ਮਣੀ ਸਿੰਘ ਉਹਨਾਂ ਦੀ ਹੈ ਤੇ ਪਰਾਤਨ ਇਹ ਸ਼ਸਤਰ ਜਿਹੜਾ ਆਪਾਂ ਵੇਖ ਰਹੇ ਆਂ ਪਟਿਆਲੇ ਦਾ ਕਿਲਾ ਮੁਬਾਰਕ ਏ ਜਿੱਥੇ ਖੜੇ ਆਂ ਭਾਈ ਸਾਹਿਬ ਵੈਰ ਜੀ ਖਾਲਸਾ ਵੈਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਅਸੀਂ ਜਦੋਂ ਵੀ ਕਿਤੇ ਇੱਧਰ ਉੱਧਰ ਘੁੰਮਦੇ ਆਂ ਸੁਣਦੇ ਆਂ ਵੱਖ-ਵੱਖ ਗੁਰਬਾਣੀ ਦੇ ਕਥਾਵਾਂ ਸੁਣਦੇ ਆ ਜਾਂ ਆਮ ਹੀ ਤੌਰ ਤੇ ਜਿਹੜੇ ਸਿੰਘ ਨੇ ਸਾਡੇ ਰਾਗੀ ਢਾਡੀ ਨੇ ਉਹਨਾਂ ਤੋਂ ਵੀ ਸੁਣਦੇ ਆ ਉਹ ਕਹਿੰਦੇ ਜਦੋਂ ਵੀ ਗੁਰੂ ਨਾਨਕ ਸਾਹਿਬ ਤੋਂ ਸਿੱਖ ਕੌਮ ਦੀ ਗੱਲ ਸ਼ੁਰੂ ਹੁੰਦੀ ਹੈ ਗੁਰੂ ਨਾਨਕ ਸਾਹਿਬ ਤੋਂ ਤੇ ਗੁਰੂ ਨਾਨਕ ਸਾਹਿਬ ਦਾ ਜਦੋਂ ਇਤਿਹਾਸ ਉਹਨਾਂ ਬਾਰੇ ਜਾਣਦੇ ਆ ਉਹਦੇ ਵਿੱਚ ਆਉਂਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਬਰ ਨੂੰ ਵਰ ਦਿੱਤਾ ਕਿ ਤੇਰੀਆਂ ਸੱਤ ਕੁਲਾਂ ਜਿਹੜੀਆਂ ਤੱਕ ਨੇ ਰਾਜ ਕਰਨਗੀਆਂ ਹੁਣ ਇੱਥੇ ਸਾਡੇ ਵਰਗਿਆਂ ਦੇ ਦਿਮਾਗ 'ਚ ਇਹ ਆਉਂਦਾ ਹੈ ਕਿ ਉਹਨਾਂ ਦੀ ਕੋਲ ਦੇ ਵਿੱਚ ਉਹ ਤੇ ਔਰੰਗਜੀਬ ਸਨ ਜਿਨ੍ਹਾਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦਾ ਉਹਨਾਂ ਦਾ ਬਲੀਦਾਨ ਉੱਥੇ ਹੋਇਆ ਦਿੱਲੀ ਦੇ ਵਿੱਚ ਤਾਂ ਇਹ ਜਿਹੜੀ ਗੱਲਬਾਤ ਹੈ ਅਸੀਂ ਸੁਣਦੇ ਹਾਂ ਇਸ ਦੇ ਵਿੱਚ ਸੱਚਾਈ ਕੀ ਹੈ ਖੈਰ ਹੁਣ ਤੁਸੀਂ ਜਿਵੇਂ ਗੱਲ ਕੀਤੀ ਕਿ ਮੈਨੂੰ ਨਹੀਂ ਪਤਾ ਕਿ ਇਹਦੇ ਕਿੰਨੇ ਸਾਨੂੰ ਇਤਿਹਾਸ ਦੇ ਸਰੋਤ ਮਿਲਦੇ ਨੇ ਲੇਕਿਨ ਇੱਕ ਮਹਾਨ ਸਰੋਤ ਸਾਡਾ ਸੀ ਕਿ ਇਤਿਹਾਸ ਦਾ ਗਿਆਨੀ ਗਿਆਨ ਸਿੰਘ ਜੀ ਉਹ ਇਸ ਗੱਲ ਦਾ ਜ਼ਿਕਰ ਆਪਣੀ ਲਿਖਤ ਦੇ ਵਿੱਚ ਕਰਦੇ ਨੇ ਵੈਸੇ ਇਤਿਹਾਸ ਦਾ ਵਿਸ਼ਾ ਹੈ ਕਿ ਕਿਉਂਕਿ ਕਈ ਲੋਕ ਕਹਿੰਦੇ ਨੇ ਕਿ ਬਾਬਰ ਨੂੰ ਗੁਰੂ ਨਾਨਕ ਪਾਸ਼ਾ ਜਦੋਂ ਮਿਲੇ ਉਹ ਗੱਲ ਬਹੁਤੇ ਥਾਵਾਂ ਤੇ ਨਹੀਂ ਮਿਲਦੀ ਪਹਿਲਾਂ ਕਿ ਉਹ ਪਹਿਲਾਂ ਵੀ ਮਿਲੇ ਸੀ ਤੇ ਜੀਵਨੀ ਦੇ ਵਿੱਚ ਵੀ ਬਾਬਰ ਨੇ ਆਪਣੀ ਗੱਲ ਨਹੀਂ ਲਿਖੀ ਤੇ ਹੁਣ ਜੇਕਰ ਗੱਲ ਕਰੀਏ ਤੇ ਇਤਿਹਾਸ ਦਾ ਵਿਸ਼ਾ ਕਿਉਂਕਿ ਗਿਆਨੀ ਗਿਆਨ ਸਿੰਘ ਜੀ ਦੀ ਜਿਸ ਕਿਤਾਬ ਦਾ ਜਿਸ ਇਤਿਹਾਸਕ ਸਰੋਤ ਦੇ ਹਵਾਲੇ ਦੇ ਨਾਲ ਅਸੀਂ ਇਹ ਗੱਲ ਕਰਦੇ ਆ ਪਹਿਲੇ ਤੇ ਸਾਨੂੰ ਉਸ ਦੀ ਪ੍ਰਮਾਣਿਕਤਾ ਕਿ ਉਹ ਕਿੰਨਾ ਕੁ ਵੈਲਿਡ ਹੈ ਸਾਡੇ ਲਈ ਸਰੋਤ ਉਹ ਜਾਣਾ ਪਏਗਾ ਕਿਉਂਕਿ ਗਹਿਨੀ ਗਿਆਨ ਸਿੰਘ ਦੇ ਕਈ ਸਰੋਤ ਨੇ ਜਿਹੜੇ ਉਹ ਛਾਪੇ ਗਏ ਉਹਨਾਂ ਦੇ ਨਾਮ ਤੇ ਲੇਕਿਨ ਉਹਨਾਂ ਦੀ ਆਪਣੀ ਸਟੇਟਮੈਂਟਾਂ ਨੇ ਕਿ ਉਹ ਮੇਰੇ ਸਰੋਤ ਨਹੀਂ ਹੈ ਤੇ ਸਾਨੂੰ ਮੈਨੂੰ ਲੱਗਦਾ ਹੈ ਕਿ ਇਸ ਉੱਪਰ ਪ੍ਰੋਪਰ ਖੋਜ ਹੋਣੀ ਚਾਹੀਦੀ ਹੈ ਕਿ ਉਹ ਹੈ ਕਿ ਸਰੋਤ ਅਸਲ ਸਰੋਤ ਕੀ ਹੈ ਜਦੋਂ ਸਾਨੂੰ ਅਸਲ ਸਰੋਤ ਮਿਲ ਜਾਵੇਗਾ ਫਿਰ ਅਸੀਂ ਦੇ ਉੱਪਰ ਮੈਨੂੰ ਲੱਗਦਾ ਗੱਲ ਕਰਨ ਦੇ ਪੂਰੇ ਕਾਰਗਰ ਹੋਵਾਂਗੇ ਕਿ ਕੀ ਇਹ ਇਤਿਹਾਸ ਸੱਚ ਹੈ ਜਾਂ ਨਹੀਂ ਕਿਉਂਕਿ ਕਈ ਥਾਵਾਂ ਤੇ ਮਿਲਦਾ ਹੈ ਕਿ ਬਾਬਰ ਨੂੰ ਗੁਰੂ ਸਾਹਿਬ ਪਹਿਲਾਂ ਮਿਲੇ ਲੇਕਿਨ ਜਿਹੜੀ ਇਹ ਵਾਰਵਲੀ ਗੱਲ ਆ ਜਾਂਦੀ ਹੈ ਬਹੁਤ ਜ਼ਿਆਦਾ ਇਤਿਹਾਸ ਦਾ ਡੂੰਗਾ ਵਿਸ਼ਾ ਹੈ ਤੇ ਮੈਨੂੰ ਲੱਗਦਾ ਹੈ ਕਿ ਇਸ ਉੱਪਰ ਪ੍ਰੋਪਰ ਖੋਜ ਹੋਣੀ ਚਾਹੀਦੀ ਹੈ ਜੇ ਜਦੋਂ ਆਪਾਂ ਗੁਰੂ ਨਾਨਕ ਪਾਤਸ਼ਾਹ ਦਾ ਜ਼ਿਕਰ ਕਰਾਂਗੇ ਉਸ ਅਕਾਲ ਪੁਰਖ ਵੈਗਰੂ ਦਾ ਜਦੋਂ ਜੇ ਵਰ ਦੀ ਗੱਲ ਹੈ ਜੇ ਵਰ ਦੇਣਗੇ ਤਾਂ ਔਰੰਗਜ਼ੇਬ ਦਾ ਕੋਈ ਅਰਥ ਨਹੀਂ ਬਣਦਾ ਕੋਈ ਮਤਲਬ ਨਹੀਂ ਬਣਦਾ ਕਿ ਇੱਕ ਜ਼ਾਲਮ ਬਾਦਸ਼ਾਹ ਹੋ ਸਕਦਾ ਕਿਉਂਕਿ ਉਸਨੇ ਤਾਂ ਫਿਰ ਇੱਕ ਸਿੱਖ ਵੀ ਹੈ ਚਾਹੇ ਉਹ ਮੁਸਲਮਾਨ ਧਰਮ ਚ ਰਹਿਦਾ ਜੋ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਨੂੰ ਮੰਨਦੇ ਨੇ ਅੱਜ ਵੀ ਉਹ ਲੱਖਾਂ ਦੀ ਗਿਣਤੀ 'ਚ ਨੇ ਜਿਹੜੇ ਇਹਨਾਂ ਨੂੰ ਅਦਬ ਸਤਕਾਰ ਦਿੰਦੇ ਨੇ ਤਾਂ ਫਿਰ ਉਹਨਾਂ ਤੋਂ ਆਪਾਂ ਉਮੀਦ ਨਹੀਂ ਰੱਖ ਸਕਦੇ ਜੇ ਵਰ ਦਿੱਤਾ ਤੇ ਜੇ ਵਰ ਜੇ ਉਹ ਇੱਕ ਬਾਦਸ਼ਾਹ ਜਿਹੜਾ ਇੱਕ ਕਹਿ ਲਈਏ بڑا ਜ਼ਾਲਮ ਬਾਦਸ਼ਾਹ ਦੇ ਤੌਰ ਤੇ ਹੋਇਆ ਤਾਂ ਫਿਰ ਇਹਦਾ ਮਤਲਬ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹੋ ਜਿਹਾ ਕੋਈ ਵਰਨ ਨਹੀਂ ਦਿੱਤਾ ਹੋਵੇਗਾ ਤੇ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਗਿਆਨੀ ਗਿਆਨ ਸਿੰਘ ਦੀਆਂ ਬਹੁਤਿਆਂ ਲਿਖਤਾਂ ਨੇ ਉਹ ਖੁਦ ਇਸ ਦਾ ਸਪਸ਼ਟੀਕਰਨ ਦਿੰਦੇ ਨੇ ਕਿ ਉਹਨਾਂ ਦੀ ਲਿਖਤ ਹੀ ਨਹੀਂ ਹੈਗੀ ਉਹਨਾਂ ਦੇ ਨਾਮ ਢੇਟ ਨੇ ਅੱਜ ਦੀ ਆਪਾਂ ਗੱਲ ਕਰ ਲੈਨੇ ਆ ਜਿਸ ਵਕਤ ਅਸੀਂ ਤੁਹਾਨੂੰ ਮਿਲੇ ਆਂਗੇ ਤੁਹਾਡੇ ਦਰਸ਼ਨ ਕੀਤੇ ਨੇ ਉਸ ਵਕਤ ਹੀ ਤੁਸੀਂ ਇੱਕ ਕਿਤਾਬ ਨੂੰ ਦਿਖਾ ਰਹੇ ਹੋ ਨਾਉ ਬੀਤੇ ਯੁੱਗ ਦੀ ਗੱਲ ਹੈ ਨਾ ਆਉਣ ਵਾਲੇ ਸਮੇਂ ਦੀ ਜਿਸ ਦੇ ਵਿੱਚ ਤੁਸੀਂ ਸૈયਦ ਹੋ ਤੁਹਾਡਾ ਜਿਹੜਾ ਖਾਨਦਾਨ ਹੈ ਪਿੱਛੇ ਵਡੇਰੇ ਨੇ ਬਜ਼ੁਰਗ ਨੇ ਉਹ ਸૈયਦ ਨੇ ਮੁ슬ਮਾਨ ਧਰਮ ਦੇ ਵਿੱਚੋਂ ਨੇ ਤੇ ਉਸ ਦਾ ਜਿਹੜਾ 베ਦੀ ਲਾ ਦੇਣਾ ਉਸ ਦੇ ਨਾਮ ਨਾਲ ਕਿਉਂਕਿ ਤੁਹਾਡੀ ਤਾਜ਼ਾ ਹੀ ਸ਼ਬੀ ਕਿਤਾਬ ਹੈ ਉਸ ਦੇ ਵਿੱਚ ਛਰੇਮ ਜਿਹੜਾ ਸਾਹਮਣੇ ਹੀ ਮਤਲਬ ਕਿ ਉਸ ਨੂੰ 베ਦੀ ਸૈયਦ ਲਿਖਣਾ ਪਰ ਉੱਥੇ 베ਦੀ ਲਿਖ ਦਿੱਤਾ ਗਿਆ ਜੀ ਇਹ ਕਿਹ ਰਿਤੇ ਹਾਸ ਦਾ ਵਿਸ਼ਾ ਕਿਉਂਕਿ ਜਦੋਂ ਅਸੀਂ ਇਤਿਹਾਸ ਕਿਉਂਕਿ ਅੱਜ ਕੱਲ ਬੜੇ سارے ਥਾਵਾਂ ਦੇ ਉੱਪਰ ਚੱਲ ਰਿਹਾ ਕਿ ਸ਼ਹਿਰ ਦਾ ਨਾਮ ਬਾਬਰਪੁਰ ਤੋਂ ਬਦਲ ਕੇ ਨਾਨਕਪੁਰ ਕਰ ਠੀਕ ਹੈ ਬਟ ਜੇਕਰ ਮੈਂ ਗੱਲ ਕਰਾਂ ਇਤਿਹਾਸ ਦੇ ਵਿੱਚ ਫਿਰ ਇਤਿਹਾਸ ਦੇ ਕੰਟਰਾਡਿਕਟਰੀ ਜਦੋਂ ਪੁਆਇੰਟਸ ਖੜੇ ਹੋਣਗੇ ਵੀ ਲੋਕ ਖੋਜ ਕਰਨਗੇ ਵੀ ਇਸ ਨਾ ਦਾ ਸ਼ਹਿਰ ਕਿੱਥੇ ਸੀ ਫਿਰ ਉਹ ਜਦੋਂ ਸ਼ਹਿਰ ਹੀ ਨਹੀਂ ਮਿਲ ਲੈ ਲੋਕੇਸ਼ਨ ਤੇ ਫਿਰ ਇਤਿਹਾਸੀ ਝੂਠਾ ਸਾਬਤ ਹੋਣਾ ਸ਼ੁਰੂ ਹੋ ਜਾਏਗਾ ਤੇ ਮੈਨੂੰ ਲੱਗਦਾ ਕਿ ਇਤਿਹਾਸ ਦੇ ਨਾਲ ਜਿੰਨੀ ਘੱਟ ਛੇੜਛਾੜ ਕੀਤੀ ਜਾਵੇ ਜਿੰਨੀ オリਜినੈਲਟੀ ਰਹਿਣ ਦਿੱਤੀ ਜਾਵੇ ਸਹੀ ਹੁੰਦਾ ਹੈ ਦਿਕਾਰੇ ਸੀ ਗੁਰੂ ਨਾਨਕ ਪਾਸ਼ਾ ਜੀ ਨੇ ਤਾਂ ਖੁਦ ਬਾਬਰ ਨੂੰ ਜਾਬਰ ਕਿਹਾ ਇਹ ਗੱਲ ਸਾਨੂੰ ਮਿਲਦੀ ਹੈ ਤੇ ਬੜੇ ਸਾਰੇ ਇਤਿਹਾਸ ਦੇ ਵਿਸ਼ੇ ਨੇ ਸਾਡਾ ਸਿੱਖ ਇਤਿਹਾਸ ਬਹੁਤ ਮਾਣ ਮੱਤਾ ਹੈ ਲੇਕਿਨ ਸਿੱਖ ਇਤਿਹਾਸ ਰਚਿਆ ਬਹੁਤ ਗਿਆ ਲੇਕਿਨ ਇਸ ਨੂੰ ਸੰਭਾਲਣ ਦੇ ਵਿੱਚ ਕੁਝ ਸਮੇਂ ਦੀ ਰਿਸੋਰਸਸ ਦੀ ਘਾਟ ਹੋਣ ਕਾਰਨ ਯਾਕਰ ਮੈਂ ਕਹਾ ਕਿ ਸਾਡੇ ਸਿੱਖ ਜਥੇਬੰਦੀਆਂ ਦੇ ਪ੍ਰੋਪਰੀ ਸੁਪਰ ਉਹਨਾਂ ਨੇ ਨਹੀਂ ਸੋਚਿਆ ਕਿ ਇਸ ਦੀ ਇਤਿਹਾਸ ਦੀ ਸੇਵਾ ਸੰਭਾਲ ਲੋਣੀ ਚਾਹੀਦੀ ਹੈ ਗੱਲ ਪਾਵੇਂ ਲਾ ਲਈ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਇੰਨਾ ਡਾਟਾ ਸਾਡੇ ਤੋਂ ਖੋ ਚੁੱਕਿਆ ਹੈ ਹਨਾ ਮਤਲਬ ਬੜੇ ਸਾਰੇ ਇਤਿਹਾਸ ਦੇ ਜਿਹੜੇ ਸਰੋਤ ਨੇ ਸਾਡੇ ਵਿੱਚੋਂ ਖੋਂਦੇ ਜਾ ਰਹੇ ਨੇ ਸਿਮਰ ਜੀ ਤੁਸੀਂ ਵੇਖੋ ਕਿ ਤੁਸੀਂ ਕਰੀਏ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਗੱਲ ਤੁਸੀਂ ਹੁਣ ਵਿੱਚ ਕਰ ਗਏ ਹੋ ਅਸੀਂ ਜੋ ਸੰਗਤ ਸੁਣਦੀ ਹੈ ਭਾਈ ਬਲਦੇਵ ਸਿੰਘ ਵਡਾਲਾ ਜੀ ਨੇ ਹੋਰ ਬੜੇ ਸਾਡੇ ਜਿਹੜੇ ਇਤਿਹਾਸਕਾਰ ਨੇ ਸਾਡੀਆਂ ਪੰਥਕ ਸ਼ਖਸੀਅਤਾਂ ਨੇ ਵੱਖ-ਵੱਖ ਸਮੇਂ ਤੇ ਹਰੇਕ ਆਪਣੇ ਢੰਗ ਨਾਲ ਗੱਲ ਕਰਦਾ 328 ਰੂਪਾਂ ਦੇ ਗੁੰਮਸ਼ੁਦਗੀ ਦੀ ਗੱਲ ਤਾਂ ਹਰੇਕ ਕਰ ਰਿਹਾ ਹੈ ਫਿਰ ਉਹ ਦੂਜੇ ਪਾਸੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਕਿਉਂ ਨਹੀਂ ਗੱਲ ਕੀਤੀ ਜਾਂਦੀ ਇੱਕ ਪਾਸੇ ਕਹਿੰਦੇ ਨੇ ਕਿ ਜਿਹੀ ਅੰਮ੍ਰਿਤਸਰ ਸਾਹਿਬ ਤੋਂ ਜਿੰਨਾ ਵੀ ਪ੍ਰਾਤਨ ਖਜ਼ਾਨਾ ਸੀ ਜਿੰਨੀਆਂ ਵੀ ਲਿਖਤ ਹੱਥ ਲਿਖਤ ਗ੍ਰੰਥ ਸਨ ਉਹ ਸਾਰੇ ਇਥੋਂ ਗਾਇਬ ਹੋ ਚੁੱਕੇ ਨੇ ਫਿਰ ਬਾਬਾ ਦੀਪ ਸਿੰਘ ਜੀ ਵਾਲੀ ਬੀੜ ਕਿਵੇਂ ਉੱਥੇ ਸਜੋਬਤ ਹੈ ਜੋ ਗਾਇਬ ਹੋ ਚੁੱਕੇ ਨੇ ਨਹੀਂ ਬਹੁਤ ਵੱਡਾ ਸਵਾਲ ਹੈ ਕਿ ਕਿਉਂਕਿ ਦੇਖੋ ਗੱਲ ਕਈ ਇਤਿਹਾਸਕ ਸਰੋਤਾਂ ਦੇ ਵਿੱਚ ਮਿਲਦੀ ਹੈ ਕਿ ਜਦੋਂ ਇਹਨਾਂ ਨੇ ਖੋਜ ਕਾਰਜ ਹੋਇਆ ਤਾਂ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਬਹੁਤ ਸਾਰਾ ਡਾਟਾ ਵਾਪਸ ਵੀ ਆਇਆ ਇਸ ਅਨੁਸਾਰ ਵੀ ਮਿਲਦੇ ਨੇ ਕਈ ਥਾਵਾਂ ਤੇ ਕਿ ਸਿਖਰ ਰੈਫਰੈਂਸ ਲਾਇਬ੍ਰੇਰੀ ਦਾ ਡਾਟਾ ਵਾਪਸ ਵੀ ਆਇਆ ਹੈ ਸੁਪਰ ਜਿਹੜੇ ਇਤਿਹਾਸਕਾਰ ਕੰਮ ਕਰ ਰਹੇ ਨੇ ਉਹਨਾਂ ਨੇ ਵੀ ਵਕ ਵਕ ਤੌਰ ਦੇ ਉੱਪਰ ਇਸ ਦੇ ਉੱਪਰ ਸਪਸ਼ਟੀਕਰਨ ਦਿੱਤੇ ਰਿਪੋਰਟਾਂ ਤਿਆਰ ਕਰਕੇ ਦਿੱਤੀਆਂ ਵੀ ਕਿੱਥੇ ਹੈ ਡਾਟਾ ਜੇ ਕੀ ਹੈ ਖੈਰ ਪਤਾ ਨਹੀਂ ਕਿ ਜੇਕਰ ਵਾਪਸ ਆਇਆ ਤਾਂ ਕਿੱਥੇ ਹੈ ਡਾਟਾ ਇਹ ਸਾਡੀ ਕੌਮ ਦਾ ਬਹੁਤ ਵੱਡਾ ਸਵਾਲ ਹੈ ਕਿ ਜੇਕਰ ਇੱਡਾ ਡਾਟਾ ਵਾਪਸ ਆਇਆ ਤੇ ਉਹ ਕਿੱਥੇ ਗਿਆ ਇੱਕ ਤੇ ਗੱਲ ਹੁੰਦੀ ਹੈ ਵੀ ਤੁਸੀਂ ਮੇਰੇ ਤੋਂ ਲੈ ਗਏ ਤੇ ਮੈਂ ਸਵਾਲ ਕਰ ਰਿਹਾ ਵੀ ਉਹ ਮੇਰੇ ਤੋਂ ਲੈ ਗਏ ਜੇਕਰ ਉਹ ਮੈਨੂੰ ਵਾਪਸ ਦੇ ਗਏ ਤੇ ਫਿਰ ਵੀ ਮੇਰੇ ਕੋਲ ਨਹੀਂ ਆ ਫਿਰ ਇਹਦਾ ਮੈਂ ਕਾਂਗਾ ਇਸਦਾ ਜ਼ਿੰਮੇਵਾਰ ਕੌਣ ਹੈ ਜਾਂ ਫਿਰ ਇਹ ਕਿਸ ਦੇ ਤਹਿਤੇ ਕੰਮ ਹੋ ਰਿਹਾ ਹੈ ਇਹ ਸਾਰੇ ਦੇ ਉੱਪਰ ਬਹੁਤ ਵੱਡਾ ਸਵਾਲ ਹੈ ਤੇ ਸਾਡੀ ਸੰਗਤ ਨੂੰ ਕਰਨਾ ਚਾਹੀਦਾ ਸਾਨੂੰ ਇੱਕ ਹੋ ਕੇ ਆਪਣੇ ਇਤਿਹਾਸਕ ਜਿਹੜੀ ਸਿੱਖ ਰੈਫਰੈਂਸ ਲਾਇਬ੍ਰੇਰੀ ਹੈ ਇਸ ਦੀ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਜਦੋਂ 1984 ਦੇ ਵਿੱਚ ਸਾਰਾ ਡਾਟਾ ਲੈ ਕੇ ਗਈ ਫੌਜ ਦੇ ਜ਼ਿਕਰ ਮਿਲਦਾ ਹੈ ਕੋਈ ਲੋਕ ਤਾਂ ਕਹਿੰਦੇ ਨੇ ਜੀ ਸਾੜ ਦਿੱਤੀ ਗਈ ਸਿੱਖ ਰੈਫਰੈਂਸ ਲ ਜੇ ਉਹ ਸਿੱਖ ਰੈਫਰੈਂਸ ਲਾਇਬ੍ਰੇਰੀ ਸੜ ਗਈ ਸੀ ਹੁਣ ਪ੍ਰੋਫੈਸਰ ਅਨੁਰਾਗ ਸਿੰਘ ਜੀ ਨੇ ਉਹ ਵੀ ਸੁਪਰ ਕਈ ਵਾਰ ਗੱਲਬਾਤ ਕਰਦੇ ਨੇ ਵੀ ਉਹਦੇ ਵਿੱਚ 100 ਸਾਲ ਪੁਰਾਣੀ ਕਾਵਡਲ ਮੀਰਾ ਪਈ ਸੀ ਉਹ ਕਿਉਂ ਨਹੀਂ ਸੜੀ ਜੇਕਰ ਸੜੀਆ ਸਿਖਰ ਰੈਫਰੈਂਸ ਲਾਇਬ੍ਰੇਰੀ ਤੇ ਉਹਦੀ ਰਾਖ ਕਿੱਤੇ ਗਈ ਕਹਿਣ ਤੋਂ ਪਾਵੇ ਕਿ ਸਿਖਰ ਰੈਫਰੈਂਸ ਲਾਇਬ੍ਰੇਰੀ ਚਲੋ ਸਾੜ ਵੀ ਗਈ ਲੇਕਿਨ ਬਹੁਤ ਸਾਰਾ ਸਮਾਨ ਜਿਹੜਾ ਉਹ ਚੱਕ ਕੇ ਲੈ ਕੇ ਗਏ ਉਹ ਕਿੱਥੇ ਆ ਵਾਪਸ ਆਇਆ ਕਿਉਂਕਿ 97 ਪੇਂਟਿੰਗਸ ਪੂਰੀਆਂ ਜਿਹੜੀਆਂ ਉਹ ਐਗਜ਼ੈਕਟ ਅਕਾਊਂਟਿੰਗ ਦੇ ਨਾਲ ਵਾਪਸ ਆਈਆਂ ਰিসিਵਿੰਗ ਹੋਈ ਜਿੱਥੇ ਤੱਕ ਅਕਾਲ ਤੱਕ ਸਾਬ ਦੇ ਸਮੇਂ ਤੇ ਉਹ ਜਦੋਂ ਸਾਰੀ ਰিসিਵਿੰਗ ਹੋਈ ਸਾਰੀ ਰਿਪੋਰਟਸ ਵੀ ਪੇਸ਼ ਕਰ ਚੁੱਕੇ ਨੇ ਅਨੁਰਾਗ ਸਿੰਘ ਹੋਰੀ ਤੇ ਕਹਿਣ ਤੋਂ ਪਾਵੇ ਕਿ ਚਲੋ ਮੰਨ ਲਿਆ ਕਿ ਇੱਕ ਇਤਿਹਾਸਕਾਰ ਜਾਂ ਦੋ ਇਤਿਹਾਸਕਾਰ ਗਲਤ ਹੋ ਸਕਦੇ ਨੇ ਲੇ ਕੀ ਕਾਰਨ ਨੇ ਕਿ ਸਾਡੀ ਇੱਕ ਪ੍ਰੋਪਰਟੀ ਬਨੇ ਇਸ ਉੱਪਰ ਕੋਈ ਐਕਸ਼ਨ ਨਹੀਂ ਲੀਤਾ ਜਾਂ ਕੋਈ ਸਵਾਲ ਨਹੀਂ ਕੀਤਾ ਜਬ ਪੂਰੀ ਖੋਜ ਨਹੀਂ ਹੋਈ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਡਾਟਾ ਕਿੱਥੇ ਆ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਅਨੁਰੰਗ ਸਿੰਘ ਅਨੁਰਾਗ ਸਿੰਘ ਜੀ ਉਹਨਾਂ ਦੀ ਤਾਂ ਉਹ ਜਿਵੇਂ ਇਹ ਸਿੱਖ ਰੈਫਰੈਂਸ ਲਾਇਬ੍ਰੇਰੀ ਸੰਬੰਧੀ ਉਹ ਬੋਲ ਰਹੇ ਨੇ ਲਿਖ ਰਹੇ ਨੇ ਆਪਣੇ ਵਿਚਾਰ ਪ੍ਰਗਟ ਕਰ ਰਹੇ ਨੇ ਇੱਥੇ ਸਿਮਰ ਜੀ ਇੱਕ ਹੋਰ ਵੀ ਸਵਾਲ ਕਿਉਂਕਿ ਅਸੀਂ ਜਾਣਿਆ ਉੱਥੇ ਜਦੋਂ ਅਜਾਇਬ ਘਰ ਨੂੰ ਵੇਖੀਦਾ ਉੱਥੇ ਜਾਂ ਇਧਰ ਉਧਰ ਜਿਹੜੀਆਂ ਤਸਵੀਰਾਂ ਨੇ ਮੌਜੂਦਾ ਇੱਥੋਂ ਤੱਕ ਕਿ ਜਿਹੜੇ ਸ਼ੀ ਰਿਕਾਰਡ ਤੱਕ ਸਾਹਿਬ ਜੀ ਦੇ ਜਥੇਦਾਰ ਹੋਏ ਨੇ ਸਾਡੇ ਜਾਂ ਜਿਹੜੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਉਹਨਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਜਿੱਥੇ ਭਾਈ ਬਚਿੱਤਰ ਸਿੰਘ ਹੋਣਾਂ ਦੀ ਗੱਲ ਆ ਜਾਵੇ ਜਾਂ ਸਾਡੇ ਯੋਧੇ ਸੂਰਮਿਆਂ ਦੀ ਗੱਲ ਆਉਂਦੀ ਏ ਉਹ ਵੀ ਕਿਤੇ ਨਾ ਕਿਤੇ ਉਹਨਾਂ ਦੀ ਘਾੜ ਖੜਕਣ ਲੱਗ ਗਈ ਉੱਥੇ ਜੇ ਫੋਟੋ ਤਸਵੀਰਾਂ ਨੂੰ ਵੇਖਿਆ ਜਾਵੇ ਨਹੀਂ ਬਿਲਕੁਲ ਬਹੁਤ ਵੱਡਾ ਸਵਾਲ ਹੈ ਕਿ ਹੁਣ ਜਿਵੇਂ ਮੈਂ ਗੱਲ ਕਰ ਰਿਹਾ ਭਾਈ ਸਾਹਿਬ ਭਾਈ ਮਹਿਤਾਬ ਸਿੰਘ ਹੋਰਾਂ ਦੀ ਭਾਈ ਮਹਿਤਾਬ ਸਿੰਘ ਜੀ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਸਚਖੰਡਿ ਸ਼੍ਰੀ ਦਰਬਾਰ ਸਾਹਿਬ ਵਿਖੇ ਸਚਖੰਡਿ ਸ਼੍ਰੀ ਦਰਬਾਰ ਸਾਹਿਬ ਦੇ ਵਿੱਚੋਂ ਮਹੰਤਾਂ ਦਾ ਕਬਜ਼ਾ ਛੁਡਾਇਆ ਗਿਆ ਉਸ ਵੇਲੇ ਇੱਕ ਰੂਲ ਸੀ ਕਿ ਦਲਿਤਾਂ ਦੀ ਦੇਗ ਨਹੀਂ ਹੋ ਸਕਦੀ ਦਰਬਾਰ ਸਾਹਿਬ ਵਿਖੇ ਕਿਉਂ ਤੁਸੀਂ ਨੀਵੀਆਂ ਜਾਤੀਆਂ ਦੇ ਹੋ ਜਦਕਿ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਖਾਲਸਾ ਕੁਲਨਾਸ਼ ਕਰ ਦਿੱਤੀ ਗੁਰੂ ਸਾਹਿਬ ਨੇ ਤੇ ਨਾ ਕੋਈ ਦਲਿਤ ਹੋਇਆ ਨਾ ਕੋਈ ਉੱਚ ਜਾਤੀ ਦਾ ਹੋਇਆ ਸਾਰੇ ਇੱਕ ਜਾਤੀ ਦੇ ਹੋਏ ਤੇ ਗੁਰੂ ਸਾਹਿਬ ਨੇ ਸਾਰਿਆਂ ਨੂੰ ਇੱਕ ਬਰਾਬਰ ਸ਼ਰਣ ਦਿੱਤੀ ਹੈ ਨਾ ਆਪਣੇ ਗੁਰੂ ਘਰ ਦੇ ਵਿੱਚ ਮਹੰਤਾਂ ਦਾ ਇੱਕ ਰੂਲ ਸੀ ਕਿ ਤੁਸੀਂ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਦੇਗ ਨਹੀਂ ਕਰਵਾ ਸਕਦੇ ਮੈਂ ਗੱਲ ਉਸ ਪਰਿਵਾਰ ਦੀ ਕਰ ਰਿਹਾ ਪਿੰਡ ਬਕਾਪੁਰ ਦੇ ਵਿੱਚ ਇੱਕ ਮੌਲਵੀ ਕਰੀਮ ਬਖਸ਼ ਹੋਏ ਨੇ ਮੌਲਵੀ ਕਰੀਮ ਬਖਸ਼ ਦੀ ਦੇ ਵਿੱਚ ਗੁਰੂ ਨਾਨਕ ਪਾਸ਼ਾ ਜੀ ਦੀ ਸਿੱਖ ਕੀ ਦੀ ਮਤਲਬ ਉਹਨਾਂ ਦੇ ਵਿੱਚ ਅਣਖ ਲੱਗੀ ਤੇ ਉਹਨਾਂ ਨੇ ਕਿਹਾ ਵੀ ਮੈਂ ਸਿੱਖ ਸਜਣਾ ਹੈ ਅੰਮ੍ਰਿਤ ਛਕਣਾ ਹੈ ਗੁਰੂ ਵਾਲੇ ਬਣਨਾ ਹੈ ਉਹ ਆਪਣੇ ਪੂਰੇ ਪਰਿਵਾਰ ਸਮੇਤ ਅਮ੍ਰਿਤਚੱਕੇ ਸਿੰਘ ਸੱਜ ਜਾਂਦੇ ਨੇ ਉਹ ਮੌਲਵੀ ਕਰੀਮ ਬਖਸ਼ ਦਾ ਨਾਮ ਸੀ ਸੰਤ ਲਖਬੀਰ ਸਿੰਘ ਤੇ ਸੰਤ ਲਖਬੀਰ ਸਿੰਘ ਦਾ ਪੁੱਤਰ ਰੁਕਨਦੀਨ ਜੀ ਦਾ ਨਾਮ ਪਿਆ ਭਾਈ ਮਹਿਤਾਬ ਸਿੰਘ ਭਾਈ ਮਹਿਤਾਬ ਸਿੰਘ ਉਰਾਂ ਨੇ ਖਾਲਸਾ ਬਰਾਦਰੀ ਬਣਾਈ ਖਾਲਸਾ ਬਰਾਦਰੀ ਦੇ थ्रू 12 ਅਕਤੂਬਰ ਵਾਲੇ ਦਿਨ ਸਚਖੰਡਿ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਜਿਹੜਾ ਉਹਨਾਂ ਨੇ ਇੱਕ ਜਥਾ ਤੋਰਿਆ ਖਾਲਸਾ ਬਰਾਦਰੀ ਬਣਾ ਕੇ ਤੇ ਮਹੰਤਾਂ ਨੂੰ ਕਿਹਾ ਕਿ ਦੇਗ ਸਾਡੀ ਦੇਗ ਚੜਾਓ ਤੇ ਉਹਨਾਂ ਨੇ ਮਨਾਂ ਕਰ ਦਿੱਤਾ ਕਿ ਅਸੀਂ ਦੇਗ ਨਹੀਂ ਚੜਾਉਂਦੇ ਫਿਰ ਇੱਕ ਫੈਸਲਾ ਲਿਆ ਕਿ ਜੇਕਰ ਹੁਣ ਅਸੀਂ ਗੁਰੂ ਸਾਹਿਬ ਜੀ ਤੋਂ ਪੁੱਛਾਂਗੇ ਜੇਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਵਾਕ ਸਾਡੇ ਹੱਕ ਦੇ ਵਿੱਚ ਆਂਦਾ ਤੇ ਤਾਂ ਅਸੀਂ ਦੇਗ ਕਰਾਵਾਂਗੇ ਜੇ ਵਾਕ ਤੁਹਾਡੇ ਹੱਕ ਦੇ ਵਿੱਚ ਆਂਦਾ ਤੇ ਤੁਸੀਂ ਸਾਫ਼ ਕਹਿ ਲਓ ਮਹੰਤ ਕਹਿੰਦੇ ਸੀ ਜੀ ਇਹ ਤੇ ਕਿਤਾਬ ਹੈ ਕਿੱਥੋਂ ਬੋਲਣਗੇ ਖੈਰ ਹੁਕਮਨਾਮਾ ਲਿਤਾ ਕਮ ਨਾਮੇ ਵਿੱਚ ਵਾਕ ਆਇਆ ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ ਸਤਗੁਰ ਕੀ ਸੇਵਾ ਲਾਏ ਤੇ ਹੁਣ ਉਹ ਜਿਹੜੀ ਆਈ ਵਾਕ ਆਇਆ ਕਿ ਨਿਗੁਣਿਆਂ ਨੂੰ ਸਤਗੁਰੂ ਜੀ ਬਖਸ਼ ਕੇ ਆਪਣੀ ਘਰ ਦੀ ਸੇਵਾ ਵੀ ਬਖਸ਼ਦੇ ਨੇ ਹਨਾ ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ ਸਤਗੁਰ ਕੀ ਸੇਵਾ ਲਾਏ ਹੁਣ ਇਹ ਜਦੋਂ ਵਾਕ ਆਇਆ ਸਾਰਿਆਂ ਦੇ ਅੱਖਾਂ ਦੇ ਵਿੱਚ ਅਥਰੂ ਸੀ ਸਾਰੇ ਆਪਣੇ ਗੁਰੂ ਤੋਂ ਇਹਦੀ ਗੱਲ ਕਰ ਰਹੇ ਸੀ ਕਿ ਸਾਡਾ ਗੁਰੂ ਬੋਲਦਾ ਹੈ ਅਸਿਕਾ ਨਾ ਸਾਡਾ ਗੁਰੂ ਗੱਲ ਨਹੀਂ ਕਰਦਾ ਸਾਡਾ ਗੁਰੂ ਗੱਲ ਵੀ ਕਰਦਾ ਹੁਕਮ ਵੀ ਦਿੰਦਾ ਉਸੇ ਵੇਲੇ ਮਹੰਤਾ ਨੇ ਜਿਹੜਾ ਕਬਜ਼ਾ ਸਚਕਣ ਸ਼੍ਰੀ ਦਰਬਾਰ ਸਾਹਿਬ ਤੋਂ ਛੱਡਿਆ ਅਤੇ ਉੱਤੇ ਦੇ ਜਿਹੜੇ ਪਹਿਲੇ ਜਥੇਦਾਰ ਸੀ ਅ ਅਕਾਲੀ ਤੇਜਾ ਸਿੰਘ ਪੁੱਚਰ ਜੀ ਉਹ ਲਗਾਇਆ ਅੱਜ ਭਾਈ ਮਹਿਤਾਬ ਸਿੰਘ ਜੀ ਦੀ ਤਸਵੀਰ ਵੀ ਨਹੀਂ ਹੈ ਅਜਾਇਬ ਕਰ ਦੇ ਵਿੱਚ ਜਿਨ੍ਹਾਂ ਨੇ ਕਿਉਂਕਿ ਜੇਕਰ ਮੈਂ ਗੱਲ ਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਪਿੱਠ ਭੂਮੀ ਜਾਂ ਫਿਰ ਉਹਦੀ ਪਹਿਲੀ ਨੀ ਭਾਈ ਮਹਿਤਾਬ ਸਿੰਘ ਨੇ ਇਸ ਗੱਲ ਬਾਰੇ ਪਾਈਪਿੰਦਰ ਪਾਲ ਸਿੰਘ ਜੀ ਵਰਗੇ ਮਹਾਨ ਪ੍ਰਚਾਰਕ ਵੀ ਦੀਵਾਨ ਸਾਹਿਬ ਮੰਜੀ ਹਾਲ ਵਿੱਚੋ ਇਸ ਗੱਲ ਬਾਰੇ ਇਤਿਹਾਸ ਬਾਰੇ ਜ਼ਿਕਰ ਕਰ ਚੁੱਕੇ ਨੇ ਲੇਕਿਨ ਅਜ ਤੱਕ ਉਹਨਾ ਉਹਨਾਂ ਵਰਗੇ ਇਤਿਹਾਸਕਾਰ ਜਿਕਰ ਮੈਂ ਗੱਲ ਕਰਾਂ ਕਿ ਇਤਿਹਾਸ ਦੇ ਇੱਡੇ ਵੱਡੇ ਪਾਤਰਾਂ ਦੀ ਤਸਵੀਰਾਂ ਨਹੀਂ ਐ ਤੇ ਸਾਨੂੰ ਵੇਖਣਾ ਚਾਹੀਦਾ ਹੈ ਕਿ ਸਾਡੇ ਕਿਸ ਪੱਖ ਕਰਕੇ ਅਸੀਂ ਇਤਿਹਾਸ ਦੇ ਪੱਖ ਤੋਂ ਕਮਜ਼ੋਰ ਹੁੰਦੇ ਜਾ ਰਹੇ ਹਾਂ ਬਹੁਤ ਵੱਡੇ ਵੱਡੇ ਹੁਣ ਜਿਵੇਂ ਤੁਸੀਂ ਭਾਈ ਬਚਿੱਤਰ ਸਿੰਘ ਜੀ ਦੀ ਗੱਲ ਕੀਤੀ ਆ ਹੋਰ ਵੀ ਜਿੰਨੇ ਵੀ ਇਹ ਸਾਨੂੰ ਪ੍ਰੋਪਰ ਵੇਖਣਾ ਚਾਹੀਦਾ ਕਿ ਸਿੱਖ ਜਾਇਬਕਰ ਦੇ ਵਿੱਚ ਕਿਨਾ ਕਿਨਾਂ ਦੀਆਂ ਤਸਵੀਰਾਂ ਹਨ ਜਾਂ ਕਿਨਾਂ ਦੀ ਨਹੀਂ ਹੈ ਤੇ ਅਸੀਂ ਉਹਨਾਂ ਨੂੰ ਇੰਸਟਾਲ ਕਰੀਏ ਕਿਉਂਕਿ ਬੜੇ ਸਾਰੇ ਹੁਣ ਖੈਰ ਪੜਦਾਦਾ ਜੀ ਦੀ ਵੀ ਤਸਵੀਰ ਵੀ ਹੁਣ ਆ ਇਹਨਾਂ ਨੇ ਪਿਛਲੇ ਸਾਲ ਹੀ ਲਗਾਈ ਹੈ ਤੇ ਬਹੁਤ ਸਾਰੇ ਮੈਨੂੰ ਲੱਗਦਾ ਹੈ ਸਾਡੇ ਪਾਤਰ ਅਜੇ ਬੱਚੇ ਨੇ ਜਿਨ੍ਹਾਂ ਦੀਆਂ ਤਸਵੀਰਾਂ ਲਗਣੀਆਂ ਤੇ ਇਤਿਹਾਸ ਉੱਤੇ ਲੱਗਣਾ ਬਾਕੀ ਹੈ